दोस्तों एक बार तुहाडा फिर तो स्वागत है जी टूडे पंजाब न्यूज चैनल ते मैं हां तरसेम सिंह मठाड़ू ते लेके हाजिर होया जी अज दी अहम जानकारी। ये जिहड़ी जानकारी है जी उन्हां लोकां लई जिन्हां दी आमदन 10,000 रुपया महीने तो घट है ਉਹ ਇਸ ਸਕੀਮ ਦਾ ਲਾਭ ਲੈ ਸਕਦੇ ਨੇ। ਸਰਕਾਰ ਦੁਆਰਾ 60 ਸਾਲ ਦਾ ਹੋਣ 'ਤੇ ਉਹਨਾਂ ਲੋਕਾਂ ਨੂੰ ਜਿਹੜੀ 5,000 ਰੁਪਏ ਪੈਨਸ਼ਨ ਦਿੱਤੀ ਜਾਵੇਗੀ। ਇਹ ਪੈਨਸ਼ਨ ਦਾ ਤੁਸੀਂ ਲਾਭ ਕਿਵੇਂ ਲੈ ਸਕਦੇ ਹੋ, ਇਸ ਸਕੀਮ 'ਚ ਅਪਲਾਈ ਕਿਵੇਂ ਕਰਨਾ, ਇਸ ਬਾਰੇ ਆਪਾਂ ਤੁਹਾਨੂੰ ਸਾਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲਾਂ ਜਿਹੜਾ ਦੋਸਤਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਤਾਂ ਜਾ ਕੇ ਲਾਲ ਰੰਗ ਦੇ ਬਟਨ ਨੂੰ ਦੱਬ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਜ਼ਰੂਰ ਦੱਬ ਲੈਣਾ ਤਾਂ ਜਿਹੜੀ ਅਸੀਂ ਨਵੀਂ ਵੀਡੀਓ ਪਾਇਆ ਕਰਾਂਗੇ ਉਹਦੀ ਤੁਹਾਨੂੰ ਇੱਕ ਨੋਟੀਫਿਕੇਸ਼ਨ ਮਿਲ ਜਾ ਕਰੂਗੀ। ਅਤੇ ਨਾਲ ਹੀ ਜੇ ਸਾਡੇ ਦੌਰਾਨ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਤਾਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਲਾਈਕ ਵੀ ਕਰ ਦੇਣਾ। ਅਤੇ ਹੁਣ ਗੱਲਬਾਤ ਕਰਦੇ ਜੀ ਇਸ ਅਹਿਮ ਖਬਰ ਬਾਰੇ ਕਿ ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ ਨੇ ਪ੍ਰਾਈਵੇਟ ਨੌਕਰੀਆਂ, ਖੇਤੀਬਾੜੀ, ਦੁਕਾਨਦਾਰਾਂ, ਰੇਹੜੀ ਲਾਉਣ ਵਾਲਿਆਂ ਦੇ ਬੁਢਾਪੇ ਦਾ ਧਿਆਨ ਰੱਖਿਆ। ਇਸ ਯੋਜਨਾ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ 60 ਸਾਲਾਂ ਬਾਅਦ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਜੇਕਰ ਪਤੀ ਪਤਨੀ ਦੋਵੇਂ ਸਕੀਮ ਦਾ ਲਾਭ ਲੈਂਦੇ ਨੇ ਤਾਂ ਉਹਨਾਂ ਨੂੰ 60 ਸਾਲ ਬਾਅਦ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਪਤੀ ਨੂੰ ਵੀ 5,000 ਰੁਪਏ ਮਹੀਨਾ ਪੈਨਸ਼ਨ ਮਿਲੇਗੀ ਅਤੇ ਉਸਦੀ ਪਤਨੀ ਨੂੰ ਵੀ 5,000 ਰੁਪਏ ਪੈਨਸ਼ਨ ਜਿਹੜੀ ਦਿੱਤੀ ਜਾਵੇਗੀ। ਜੇ ਉਹਨਾਂ ਵਿੱਚ ਜੀਵਨ ਸਾਥੀ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਬਚੇ ਹੋਏ ਵਿਅਕਤੀ ਨੂੰ ਪੈਨਸ਼ਨ ਮਿਲੇਗੀ। ਸਰਕਾਰ ਦੀ ਇਸ ਅਟਲ ਪੈਨਸ਼ਨ ਯੋਜਨਾ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਤਾਂ 10,000 ਰੁਪਏ ਪ੍ਰਤੀ ਮਹੀਨਾ ਯਾਨੀ ਇਸ ਯੋਜਨਾ ਦਾ ਉਦੇਸ਼ ਆ ਉਹਨਾਂ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਜੋ ਘੱਟ ਨਿਵੇਸ਼ ਕਰਨ ਦੇ ਯੋਗ ਨੇ, ਜਿਨ੍ਹਾਂ ਕੋਲ ਬਹੁਤ ਘੱਟ ਬਚਤ ਹੁੰਦੀ ਹੈ। ਇਹ ਯੋਜਨਾ ਤੇਜ਼ੀ ਨਾਲ ਪ੍ਰਸਿੱਧ ਹੁੰਦੀ ਜਾ ਰਹੀ ਹੈ। ਸਾਲ 2020-21 ਵਿੱਚ ਅਟਲ ਪੈਨਸ਼ਨ ਯੋਜਨਾ ਅਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਖਾਤਾ ਧਾਰਕਾਂ ਦੀ ਗਿਣਤੀ ਵਿੱਚ 23% ਦਾ ਵਾਧਾ ਜਿਹੜਾ ਦਰਜ ਕੀਤਾ ਗਿਆ। 31 ਮਾਰਚ 2021 ਤੱਕ ਇਸ ਯੋਜਨਾ ਦੇ ਖਾਤਾ ਧਾਰਕਾਂ ਦੀ ਕੁੱਲ ਗਿਣਤੀ ਵੱਧ ਕੇ 4.24 ਕਰੋੜ ਹੋ ਗਈ ਹੈ। ਤਾਂ ਯੋਜਨਾ ਦਾ ਲਾਭ ਲੈਣ ਲਈ ਨਿਯਮ ਅਤੇ ਜਿਹੜੀਆਂ ਸ਼ਰਤ ਹੈਗੀਆਂ ਉਸ ਬਾਰੇ ਤੁਹਾਨੂੰ ਡਿਟੇਲ ਨਾਲ ਦੱਸ ਦਿੰਦੇ ਹਾਂ। ਧਿਆਨ ਨਾਲ ਸੁਣਨਾ ਕਿ ਅਟਲ ਪੈਨਸ਼ਨ ਯੋਜਨਾ APY ਗੈਰ ਸਰਕਾਰੀ ਖੇਤਰ ਦੇ ਕਰਮਚਾਰੀਆਂ ਲਈ ਇੱਕ ਰਿਟਾਇਰਡ ਸਕੀਮ ਹੈ। 5,000 ਰੁਪਏ ਤੱਕ ਦੀ ਨਿਸ਼ਚਿਤ ਮਾਸਿਕ ਪੈਨਸ਼ਨ ਨੂੰ ਯਕੀਨੀ ਬਣਾਉਣ ਲਈ ਅਟਲ ਪੈਨਸ਼ਨ ਯੋਜਨਾ ਬਣਾਈ ਗਈ ਹੈ। ਸਕੀਮ ਦਾ ਲਾਭ ਲੈਣ ਲਈ ਘੱਟੋ ਘੱਟ ਉਮਰ 18 ਸਾਲ ਹੈ ਅਤੇ ਰਜਿਸਟ੍ਰੇਸ਼ਨ ਲਈ ਵੱਧ ਤੋਂ ਵੱਧ ਉਮਰ ਜਿਹੜੀ 40 ਸਾਲ ਰੱਖੀ ਗਈ ਹੈ। ਇਸ ਵਿੱਚ ਜਿਹੜਾ ਤੁਸੀਂ ਕਿੰਨਾ ਪ੍ਰੀਮੀਅਮ ਅਦਾ ਕਰਨਾ, ਯਾਨੀ ਕਿ ਕਿੰਨੀ ਇਸ ਵਿੱਚ ਕਿਸ਼ਤ ਅਦਾ ਕਰਨੀ, ਇਸ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਡਿਟੇਲ ਨਾਲ ਦੱਸ ਦਿੰਦੇ ਕਿ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ 60 ਸਾਲ ਦੀ ਉਮਰ ਤੱਕ ਪ੍ਰੀਮੀਅਮ ਅਦਾ ਕਰਨਾ ਪਵੇਗਾ। ਫਿਰ ਤੁਹਾਨੂੰ ਤੁਹਾਡੇ ਯੋਗਦਾਨ ਦੇ ਆਧਾਰ ਤੇ 1,000 ਰੁਪਏ, 2,000 ਰੁਪਏ, 3,000 ਰੁਪਏ ਜਾਂ 4,000 ਰੁਪਏ ਜਾਂ 5,000 ਰੁਪਏ ਪ੍ਰਤੀ ਮਹੀਨਾ ਜਿਹੜੀ ਪੈਨਸ਼ਨ ਦਿੱਤੀ ਜਾਵੇਗੀ। ਜੇਕਰ 18 ਸਾਲ ਦਾ ਬੱਚਾ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਚਾਹੁੰਦਾ ਤਾਂ ਉਸਨੂੰ ਸਿਰਫ 42 ਰੁਪਏ ਪ੍ਰਤੀ ਮਹੀਨਾ ਜਿਹੜੇ ਦੇਣੇ ਪੈਣਗੇ। 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੈਣ ਲਈ 1,454 ਰੁਪਏ ਪ੍ਰਤੀ ਮਹੀਨਾ ਜਿਹੜੇ ਰੱਖੇ ਗਏ ਨੇ। ਇਸ ਤਰ੍ਹਾਂ ਤੁਸੀਂ ਵੱਖ ਵੱਖ ਜਿਵੇਂ ਕਿਸ਼ਤਾਂ ਦੇ ਸਕਦੇ ਹੋ। ਇਸ ਲਈ ਤੁਹਾਡੀ ਉਮਰ 'ਤੇ ਨਿਰਭਰ ਕਰਦਾ ਕਿ ਤੁਹਾਡੀ ਉਮਰ ਕਿੰਨੀ ਹੈ। ਪੈਨਸ਼ਨ ਇਸ ਲਈ ਕਿਵੇਂ ਪ੍ਰਾਪਤ ਕਰਨੀ, ਇਸ ਬਾਰੇ ਤੁਹਾਨੂੰ ਦੱਸ ਦਿੰਦਾ ਕਿ ਗਾਹਕ ਦੀ ਮੌਤ 'ਤੇ 60 ਸਾਲਾਂ ਦੀ ਉਮਰ ਤੋਂ ਬਾਅਦ ਪੈਨਸ਼ਨ ਉਸਦੇ ਜੀਵਨ ਸਾਥੀ ਨੂੰ ਜਾਵੇਗੀ। ਗਾਹਕਾਂ ਅਤੇ ਜੀਵਨ ਸਾਥੀ ਦੋਵਾਂ ਦੀ ਮੌਤ ਦੇ ਮਾਮਲੇ ਵਿੱਚ ਪੈਨਸ਼ਨ ਦੀ ਰਕਮ ਜਿਹੜਾ ਕੋਈ ਨੋਮੀਨੇਟ ਹੋਵੇਗਾ ਜਾਂ ਕਿਸੇ ਨੂੰ ਨਾਮਜ਼ਦ ਵਿਅਕਤੀ ਨੂੰ ਦਿੱਤੀ ਜਾਵੇਗੀ। 60 ਸਾਲ ਦੀ ਉਮਰ ਤੋਂ ਪਹਿਲਾਂ ਗਾਹਕ ਦੀ ਮੌਤ ਦੇ ਮਾਮਲੇ ਵਿੱਚ ਪਤੀ ਪਤਨੀ ਨੂੰ ਪੂਰੀ ਰਕਮ ਵਾਪਸ ਲੈ ਜਾਂ ਬਾਕੀ ਮਿਆਦ ਲਈ ਪ੍ਰੀਮੀਅਮ ਦਾ ਭੁਗਤਾਨ ਕਰਨਾ ਜਾਰੀ ਰੱਖਣਾ ਅਤੇ ਫਿਰ ਪੈਨਸ਼ਨ ਲਾਭ ਪ੍ਰਾਪਤ ਕਰਨ ਦਾ ਵਿਕਲਪ ਦਿੱਤਾ ਜਾਂਦਾ। ਸਮੇਂ ਤੋਂ ਪਹਿਲਾਂ ਪੈਸੇ ਵਾਪਸ ਲੈਣ ਦੀ ਆਗਿਆ ਕੇਵਲ ਸੰਗ੍ਰਹਿ ਮਿਆਦ ਦੌਰਾਨ ਅਸਧਾਰਨ ਹਾਲਾਤਾਂ ਵਿੱਚ ਹੀ ਦਿੱਤੀ ਜਾਂਦੀ ਹੈ। ਪੈਨਸ਼ਨ ਦੀ ਰਕਮ ਹਰ ਸਾਲ ਬਦਲ ਸਕਦੀ ਹੈ ਜੀ। ਤੁਸੀਂ ਜ਼ਿਆਦਾਤਰ ਬੈਂਕਾਂ ਜਾਂ ਡਾਕਘਰਾਂ ਵਿੱਚ ਅਟਲ ਪੈਨਸ਼ਨ ਯੋਜਨਾ ਦੇ ਖਾਤੇ ਖੋਲ੍ਹ ਸਕਦੇ ਹੋ। ਤੁਹਾਨੂੰ ਸਾਲ ਵਿੱਚ ਇੱਕ ਵਾਰ ਆਪਣੀ ਲੋੜੀਂਦੀ ਪੈਨਸ਼ਨ ਰਕਮ ਨੂੰ ਬਦਲਣ ਦਾ ਵਿਕਲਪ ਵੀ ਦਿੱਤਾ ਜਾਂਦਾ। ਜੇ ਕੋਈ ਵਿਅਕਤੀ 18 ਸਾਲ ਦੀ ਉਮਰ ਵਿੱਚ APY ਵਿੱਚ ਯਾਨੀ ਕਿ ਸਕੀਮ ਵਿੱਚ ਸ਼ਾਮਲ ਹੁੰਦਾ ਹੈ ਅਤੇ 10,000 ਰੁਪਏ ਦਾ ਯੋਗਦਾਨ ਪਾਉਂਦਾ ਤਾਂ ਮੌਤ ਤੋਂ ਬਾਅਦ ਉਸਦੀ ਪਤੀ ਪਤਨੀ ਨੂੰ ਵੀ ਪੈਨਸ਼ਨ ਮਿਲੇਗੀ। ਸਾਰੀ ਰਕਮ ਬਾਅਦ ਵਿੱਚ ਗਾਹਕ ਦੇ ਨਾਮਜ਼ਦ ਨੂੰ ਇੱਕ ਮੁਸ਼ਤ ਰਕਮ ਜਾਰੀ ਕੇ 8.5 ਲੱਖ ਰੁਪਏ 8,50,000 ਰੁਪਏ ਵਿੱਚ ਅਦਾ ਜਿਹੜੀ ਕੀਤੀ ਜਾਵੇਗੀ। ਤਾਂ ਦੋਸਤੋ ਇਹ ਸੀਗੀ ਆਪਣੀ ਅਹਿਮ ਜਾਣਕਾਰੀ। ਕਿਰਪਾ ਕਰਕੇ ਜੇ ਜਿਹੜੀ ਜਾਣਕਾਰੀ ਆਪਾਂ ਦਿੱਤੀ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਆਪਣੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਅਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀ ਕਿਸੇ ਹੋਰ ਨਵੀਂ ਜਾਣਕਾਰੀ ਨਾਲ। ਤੁਹਾਡੇ ਲਈ ਇੰਨਾ ਹੀ, ਧੰਨਵਾਦ, ਸਤਿ ਸ਼੍ਰੀ ਅਕਾਲ।